ਸਤਿ ਸ਼੍ਰੀ ਅਕਾਲ ਜੀ, ਮੈਂ ਅਟੋਰਨੀ ਇੰਦਰਵਾਦ ਸਿੰਘ ਫਰੋਮ ਦਾ ਸਿੰਘ ਲਾਅ ਆਫਿਸ, ਅਤੇ ਇਸ ਵੀਡੀਓ ਵਿੱਚ ਮੈਂ ਗੱਲ ਕਰਨ ਜਾ ਰਿਹਾ ਜੀ ਕਿ ਜੋ ਨਵਾਂ ਰੂਲ ਅਨਾਊਂਸ ਹੋਇਆ ਪ੍ਰੈਜ਼ੀਡੈਂਟ ਬਾਈਡਨ ਵੱਲੋਂ, ਜਿਹਨੂੰ ਆਪਾਂ ਸੈਲੋ ਬੈਨ ਵੀ ਕਹਿ ਸਕਦੇ ਹਾਂ। ਸਭ ਤੋਂ ਪਹਿਲਾਂ ਜੀ, ਇਹ ਰੂਲ June 5, 2024 ਤੋਂ ਲੈ ਕੇ ਲਗਾਤਾਰ ਹੁਣ ਲਾਗੂ ਵਿੱਚ ਹੈ, ਲਾਈਕ ਇਸ ਇਨ ਇਫੈਕਟ। ਅਤੇ ਜਿਹੜੇ ਲੋਕ ਇਸ ਦੌਰਾਨ ਮੈਕਸੀਕੋ ਬਾਰਡਰ ਵਿੱਚੋਂ ਇਲੀਗਲੀ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਬੇਸਿਕਲੀ ਅਸੈਲਮ ਅਪਲਾਈ ਨਹੀਂ ਕਰ ਸਕਦੇ। ਸੋ ਇਹ ਰੂਲ ਲਾਗੂ ਕਦੋਂ ਹੁੰਦਾ ਹੈ? ਇਹ ਨਾ ਆਟੋਮੈਟਿਕ ਰੂਲ ਦਾ ਟ੍ਰਿਗਰ ਹੈਗਾ ਇਹ ਰੂਲ ਦਾ। ਬੇਸਿਕਲੀ ਰੂਲ ਦੇ ਮੁਤਾਬਿਕ ਜਦੋਂ ਬਾਰਡਰ ਦੇ ਉੱਪਰ 2500 ਤੋਂ ਜ਼ਿਆਦਾ ਲੋਕ ਲਗਾਤਾਰ 7 ਦਿਨ ਕ੍ਰੋਸ ਕਰ ਰਹੇ ਨੇ, ਅਤੇ ਇਹ ਰੂਲ ਆਟੋਮੈਟਿਕਲੀ ਇਫੈਕਟ ਵਿੱਚ ਆ ਜਾਣਾ ਹੈ। ਇਹਦਾ ਮਤਲਬ ਕਿ ਇੱਕ ਤਾਂ ਪਹਿਲੀ ਗੱਲ ਦਾ ਐਂਟਰੀ ਸਸਪੈਂਡ ਹੋ ਜਾਣੀ ਹੈ ਬਾਰਡਰ 'ਤੇ, ਅਤੇ ਦੂਜੀ ਗੱਲ, ਉਹਨਾਂ ਦਿਨਾਂ ਵਿੱਚ ਜਿਹੜਾ ਵੀ ਇਲੀਗਲੀ ਕ੍ਰੋਸ ਕਰ ਰਿਹਾ ਉਹ ਅਸੈਲਮ ਨਹੀਂ ਅਪਲਾਈ ਕਰ ਸਕਣਗੇ ਅਮੈਰੀਕਾ ਦੇ ਵਿੱਚ। ਅਤੇ ਇਹ ਰੂਲ ਤਦ ਤੱਕ ਲਾਗੂ ਵਿੱਚ ਰਹਿਣਾ ਹੈ ਜਦੋਂ ਕਿ ਲਗਾਤਾਰ 7 ਦਿਨ ਇਲੀਗਲੀ ਬਾਰਡਰ ਕ੍ਰੋਸ ਕਰਨ ਵਾਲੇ ਦੀ ਗਿਣਤੀ 1500 ਜਾਂ 1500 ਤੋਂ ਘੱਟ ਨਹੀਂ ਹੋ ਜਾਂਦੀ। ਉਸ ਤੋਂ 14 ਦਿਨ ਬਾਅਦ ਇਹ ਰੂਲ ਸਸਪੈਂਡ ਹੋ ਜਾਏਗਾ। ਪਰ ਜੇ ਦੁਬਾਰਾ ਫਿਰ ਐਂਟਰੀ ਅਗਲੇ ਸੱਤਾਂ ਦਿਨਾਂ ਵਿੱਚ ਫਿਰ ਦੁਬਾਰਾ 2500 ਜਾਂ 2500 ਤੋਂ ਜ਼ਿਆਦਾ ਲੋਕ ਐਂਟਰ ਹੁੰਦੇ ਨੇ, ਰੂਲ ਫਿਰ ਆਟੋਮੈਟਿਕਲੀ ਅਪਲਾਈ ਹੋ ਜਾਂਦਾ ਹੈ। ਸੋ ਐਜ਼ ਆਫ ਰਾਈਟ ਨਾਓ ਰੂਲ ਇਹ ਲਾਗੂ ਹੈ, ਇਨ ਇਫੈਕਟ ਹੈ, ਬਿਕਾਜ਼ ਹਿਸਟੋਰੀਕਲੀ ਸਪੀਕਿੰਗ ਜਿਹੜੇ ਨੰਬਰਸ ਨੇ ਉਹ 2500 ਤੋਂ ਕਿਤੇ ਜ਼ਿਆਦਾ ਨੇ, ਅਤੇ ਉਹ ਨੰਬਰ ਜੋ ਅਨੈਲਿਸਿਸ ਹੋਈ ਹੈ ਉਹਦੇ ਮੁਤਾਬਿਕ ਨੰਬਰ ਐਨੀ ਟਾਈਮ ਸੂਨ 1500 ਜਾਂ 1500 ਥੱਲੇ ਨਹੀਂ ਆ ਸਕਣਗੇ। ਅਤੇ ਇਹ ਰੂਲ ਜਦੋਂ ਇਫੈਕਟ ਵਿੱਚ ਹੈਗਾ ਆ, ਇੱਕ ਤਾਂ ਐਂਟਰੀ ਸਸਪੈਂਡ ਹੈ, ਦੂਸਰੀ ਗੱਲ ਜਿਵੇਂ ਤੁਸੀਂ ਪਹਿਲਾਂ ਸੈਲਮ ਅਪਲਾਈ ਕਰ ਸਕਦੇ ਸੀ ਉਹ ਤੁਸੀਂ ਹੁਣ ਨਹੀਂ ਕਰ ਸਕੋਗੇ। ਅਤੇ ਪਹਿਲਾਂ ਜਦੋਂ ਜਿਹੜੀ CBP ਹੈ ਜਾਂ ICE ਅਫੀਸ਼ਲਸ ਨੇ ਜਦੋਂ ਕਿਸੇ ਨੂੰ ਬਾਰਡਰ 'ਤੇ ਫੜਦੇ ਸੀ, ਉਹ ਐਕਟਿਵਲੀ ਸਕਰੀਨ ਕਰਦੇ ਸੀ ਲੋਕਾਂ ਨੂੰ ਅਸੈਲਮ ਸਕਰੀਨਿੰਗ ਵਾਸਤੇ। ਹੁਣ ਨਵੇਂ ਰੂਲ ਦੇ ਮੁਤਾਬਿਕ ਉਹਨਾਂ ਦੀ ਇਹ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਲੋਕਾਂ ਨੂੰ ਸਕਰੀਨ ਕਰਨਾ, ਤੁਹਾਨੂੰ ਆਪ ਨੂੰ ਦੱਸਣਾ ਪੈਣਾ ਹੈ ਕਿ ਤੁਹਾਨੂੰ ਤੁਹਾਡੇ ਦੇਸ਼ ਵਿੱਚ ਖਤਰਾ ਹੈਗਾ ਜਾਂ ਨਹੀਂ ਹੈਗਾ। ਅਤੇ ਉਸ ਦੇ ਬਾਵਜੂਦ ਵੀ ਜਿਹੜਾ ਅਸੈਲਮ ਹੈ ਉਹ ਸਸਪੈਂਡ ਕੀਤੀ ਗਈ ਹੈ, ਬੇਸਿਕਲੀ ਉਹਨਾਂ ਨੇ ਇੱਕ ਐਕਸਪੀਡਿਟ ਰਿਮੂਵਲ ਵਿੱਚ ਤੁਹਾਡੀ ਸਾਰੀ ਪ੍ਰੋਸੈਸਿੰਗ ਕਰਕੇ ਅਤੇ ਤੁਹਾਨੂੰ ਲਾਈਕਲੀ ਡਿਪੋਰਟ ਕਰ ਦੇਣਗੇ ਬਾਰਡਰ ਤੋਂ। ਅਤੇ ਜੇ ਤੁਸੀਂ ਇਸ ਰੂਲ ਦੇ ਅਧੀਨ ਤੁਹਾਨੂੰ ਡਿਪੋਰਟ ਕਰਦੇ ਨੇ, 5 ਸਾਲ ਦੀ ਰੀਐਂਟਰੀ ਬੈਨ ਹੈਗੀ ਹੈ ਅਮੈਰੀਕਾ 'ਚ, ਅਤੇ ਜੇ ਤੁਸੀਂ ਦੁਬਾਰਾ ਆਉਂਦੇ ਹੋ ਤਾਂ ਤੁਸੀਂ ਪਾਸੀਬਲੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਵੀ ਅਮੈਰੀਕਾ ਵਿੱਚ ਫੇਸ ਕਰ ਸਕਦੇ ਹੋ। ਅਤੇ ਇਸ ਲਈ ਵਧੇਰੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਆਫਿਸ ਵਿੱਚ ਕਾਲ ਕਰ ਸਕਦੇ ਹੋ। ਵੰਸ ਅਗੇਨ, ਮੇਰਾ ਆਫਿਸ ਹੈਗਾ ਜੀ ਦਾ ਸਿੰਘ ਲਾਅ ਆਫਿਸ, ਸਾਡਾ ਫੋਨ ਨੰਬਰ ਹੈਗਾ ਜੀ 6615998884। ਤੁਸੀਂ ਸਕਰੀਨ 'ਤੇ ਜਿਹੜੀ ਹੇਠਾਂ ਪੱਟੀ ਚੱਲਦੀ ਪਈ ਉਹਦੇ ਵਿੱਚ ਵੀ ਤੁਹਾਡਾ ਨੰਬਰ ਹੈਗਾ, ਤੁਸੀਂ ਉੱਥੋਂ ਦੇ ਕੇ ਸਾਨੂੰ ਕੰਟੈਕਟ ਕਰ ਸਕਦੇ ਹੋ। ਅਤੇ ਅਸੀਂ ਬਹੁਤ ਹੀ ਜਲਦ ਇੱਕ ਨਵਾਂ ਸ਼ੋਅ ਲੀਗਲ ਟਾਕ ਵਿਦ ਇੰਦਰਰਾਜ ਲੈ ਕੇ ਆ ਰਹੇ ਹਾਂ, ਉਹਦੇ ਵਿੱਚ ਅਸੀਂ ਇਸ ਬਾਰੇ ਵਧੇਰੀ ਜਾਣਕਾਰੀ ਦੇਵਾਂਗੇ ਅਤੇ ਡੀਟੇਲ ਡਿਸਕਸ ਕਰਾਂਗੇ ਇਸ ਰੂਲ 'ਤੇ ਇਹਦੇ ਇੰਪੈਕਟ। ਥੈਂਕ ਯੂ।